ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਬੰਦੀ ਛੋੜ ਦਿਵਸ ਦੀਵਾਲੀ ਆ ਉਹ ਪੂਰਨ ਤੌਰ 'ਤੇ ਪੰਥਕ ਜਾਹੋ ਜਲਾਲ ਨਾਲ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ। ਇਸ ਵਾਰ ਵਿਸ਼ੇਸ਼ ਤੌਰ 'ਤੇ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਲੋਕਾਈ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਗ੍ਰੀਨ ਦੀਵਾਲੀ ਦਾ ਦੇਣਾ ਚਾਹੁੰਦੇ ਹਾਂ। ਇਸ ਵਾਸਤੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਰਿਕਰਮਾ 'ਚ ਅਸੀਂ ਅੰਬਾਂ ਦੇ ਬੂਟੇ ਅੱਜ ਲਗਾਉਣ ਦਾ ਕਾਰਜ ਕੀਤਾ ਵਾ। ਸਾਡਾ ਮੰਤਵ ਇੱਕੋ ਹੀ ਆ ਕਿ ਜਿਹੜਾ ਪੰਜਾਬ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਵਾ ਉਹ ਤੋਂ ਨਿਜਾਤ ਪਾਈ ਜਾ ਸਕੇ। ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਦੋ ਤਿਉਹਾਰਾਂ 'ਤੇ ਦੁਸਹਿਰੇ 'ਤੇ ਅਤੇ ਦੀਵਾਲੀ 'ਤੇ, ਦੁਸਹਿਰੇ 'ਤੇ ਰਾਵਣ ਦੇ ਬੁੱਤ ਸਾੜ ਕੇ ਅਤੇ ਜਿਹੜੀ ਆਤਿਸ਼ਬਾਜ਼ੀ ਚਲਾ ਕੇ, ਦੀਵਾਲੀ 'ਤੇ ਘਰ ਘਰ ਆਤਿਸ਼ਬਾਜ਼ੀ ਚਲਾ ਕੇ ਅਸੀਂ ਵੱਡੀ ਪੱਧਰ 'ਤੇ ਚਾਹ ਦੇ ਨਾਲ ਪ੍ਰਦੂਸ਼ਣ ਫੈਲਾਉਂਦੇ ਹਾਂ ਜਿਹੜਾ ਕਿ ਬਹੁਤ ਮਾੜਾ ਵਾ। ਇਸ ਵਾਰ ਅਸੀਂ ਜਿਹੜਾ ਬੰਦੀ ਛੋੜ ਦਿਵਸ ਆ ਉਹਨੂੰ ਗ੍ਰੀਨ ਤੌਰ 'ਤੇ ਮਨਾਉਣਾ ਚਾਹੁੰਦੇ ਹਾਂ, ਹਰੀ ਦੀਵਾਲੀ ਦੇ ਤੌਰ 'ਤੇ ਮਨਾਉਣਾ ਚਾਹੁੰਦੇ ਹਾਂ। ਘੱਟ ਤੋਂ ਘੱਟ ਪ੍ਰਦੂਸ਼ਣ ਵਾਲੇ ਜਿਹੜੇ ਪਟਾਕੇ ਨੇ, ਆਤਿਸ਼ਬਾਜ਼ੀ ਆ, ਉਹ ਕੀਤੀ ਜਾਊਗੀ। ਖਾਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਕਿਸਾਨ ਪਰਾਲੀ ਸਾੜ ਕੇ ਪ੍ਰਦੂਸ਼ਣ ਪੈਦਾ ਕਰਦਾ ਵਾ, ਅਸੀਂ ਹਾਲਾਂਕਿ ਕਿਸਾਨਾਂ ਨੂੰ ਆਪਣੇ ਮੈਂਬਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਘੱਟ ਤੋਂ ਘੱਟ ਪਰਾਲੀ ਸਾੜੀ ਜਾਵੇ, ਪਰ ਕਿਸਾਨ ਪਰਾਲੀ ਸਾੜਦਾ ਮਜਬੂਰੀ 'ਚ, ਉਹ ਪ੍ਰਦੂਸ਼ਣ ਜਿਹੜਾ ਪੈਦਾ ਕਰਦਾ ਵਾ ਮਜਬੂਰੀ 'ਚ ਕਰਦਾ ਵਾ। ਪਰ ਅਸੀਂ ਭਾਰਤੀ ਲੋਕ ਦੀਵਾਲੀ 'ਤੇ, ਦੁਸਹਿਰੇ 'ਤੇ ਘਰ ਘਰ ਪਟਾਕੇ ਚਲਾ ਕੇ ਉਹ ਬਹੁਤ ਵੱਡੀ ਪੱਧਰ 'ਤੇ ਚਾਹ ਨਾਲ ਪ੍ਰਦੂਸ਼ਣ ਪੈਦਾ ਕਰਦੇ ਹਾਂ ਜਿਹੜਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਆ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਸ ਵਾਰ ਇਹੀ ਸੰਦੇਸ਼ਾ ਦੇਣਾ ਚਾਹੁੰਦੇ ਹਾਂ ਕਿ ਘੱਟ ਤੋਂ ਘੱਟ ਪ੍ਰਦੂਸ਼ਣ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਜਿਹੜੇ ਆ ਦਰੱਖਤ ਲਾਏ ਜਾਣ। ਦੀਪਮਾਲਾ ਜਿਹੜੀ ਆ ਉਹ ਪੂਰੀ ਧੂਮਧਾਮ ਨਾਲ ਹੋਏਗੀ, ਉਹਦੇ ਵਿੱਚ ਵੀ ਰਵਾਇਤੀ ਜਿਹੜੇ ਦੇਸੀ ਘਿਓ ਦੇ ਦੀਵੇ ਜਗਾਉਣ ਦੀ ਅਸੀਂ ਸੰਗਤ ਨੂੰ ਉਤਸ਼ਾਹਿਤ ਕਰਾਂਗੇ, ਕਿਉਂਕਿ ਮੋਮਬੱਤੀਆਂ ਬਾਲ ਕੇ ਵੀ ਜਿਹੜਾ ਪ੍ਰਦੂਸ਼ਣ ਪੈਦਾ ਹੁੰਦਾ ਵਾ, ਪਰ ਜਿਹੜਾ ਦੇਸੀ ਘਿਓ ਦੇ ਦੀਵੇ ਆ ਉਹ ਰਵਾਇਤ ਅਨੁਸਾਰ ਜਗਦੇ ਆ ਅਤੇ ਉਹਦੇ ਨਾਲ ਪ੍ਰਦੂਸ਼ਣ 'ਚ ਘੱਟਦਾ ਵਾ, ਪ੍ਰਦੂਸ਼ਣ ਘੱਟਦਾ ਵਾ ਅਤੇ ਵਾਤਾਵਰਨ ਸ਼ੁੱਧ ਹੁੰਦਾ ਵਾ। ਅਸੀਂ ਰਵਾਇਤ ਨੂੰ ਕਾਇਮ ਰੱਖਾਂਗੇ। ਅੱਜ ਜਿਹੜੇ ਬੂਟੇ ਲਗਾਏ ਗਏ